ਲਗਦਾ ਹੈ ਕਿ ਲੋਕਾਂ ਦੇ ਵਿੱਚ ਡਰ ਕਿਉਂ ਆ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਨ ਕਿਉਂ ਆ ਲੋਕਾਂ ਦੇ ਵਿੱਚ ਇੰਡੀਸੀਸਿਵਨੈਸ ਉਹ ਫੈਸਲਾ ਕਾਤੋਂ ਨਹੀਂ ਲੈ ਸਕਦੇ ਉਹਨਾਂ ਨੂੰ ਕਿਉਂ ਲਗਦਾ ਹੈ ਕਿ ਸਾਨੂੰ ਵੈਕਸੀਨ ਲਵਾਉਣ ਨਾਲ ਕੁਝ ਹੋ ਜਾਊਗਾ ਤੁਹਾਡੇ ਹਿਸਾਬ ਨਾਲ ਕੀ ਕੀ ਰੀਜ਼ਨ ਹੋ ਸਕਦੇ ਆ ਜੈ ਜੀ ਹਾਇਡ ਰੂਮਰਸ ਫੈਲਦੇ ਆ ਲਾਈਕ ਇੱਕ ਬੰਦੇ ਨੂੰ ਕੁਝ ਹੋਇਆ ਤੇ ਉਹਨੇ 10 ਬੰਦਿਆਂ ਨੂੰ ਸੁਣਾਇਆ ਉਹ 10 ਬੰਦਿਆਂ ਨੇ ਹੋਰ ਬੰਦਿਆਂ ਨੂੰ ਸੁਣਾਇਆ ਤਾਂ ਐਦਾ ਰੂਮਰਸ ਫੈਲਦੇ ਆ ਤੇ ਸਾਰੇ ਡਰ ਜਾਂਦੇ ਆ ਥੈਟਸ ਵਾਈ ਮੈਨੂੰ ਲੱਗਦਾ ਹੈ ਕਿ ਉਹ ਲੋਕ ਵੈਕਸੀਨ ਹੀ ਲੰਦੇ ਕਿ ਉਹਨਾਂ ਨੂੰ ਲੱਗਦਾ ਕਿ ਇਹ ਨਵਾਂ ਸਾਨੂੰ ਵੀ ਹੋ ਜਾਊਗਾ ਹੂੰ ਹੂੰ ਮੇਰਾ ਇਹ ਰੀਜ਼ਨ ਹੈ ਫਿਰ ਤਾਂ ਨਾ ਆਇਆ ਨਹੀਂ ਲੱਗਦਾ ਵੀ ਜਿਹੜੀ ਸਾਡੀ ਸੋਰਸ ਆਫ ਇਨਫੋਰਮੇਸ਼ਨ ਹੋਣੀ ਚਾਹੀਦੀ ਆ ਉਹ ਇੱਕ ਆਥੈਂਟਿਕ ਸੋਰਸ ਹੋਣਾ ਚਾਹੀਦਾ ਇੱਕ ਕੋਈ ਕੋਈ ਇੰਪੋਰਟੈਂਟ ਜਿਹੜਾ ਮੀਡੀਆ ਸੋਰਸ ਆ ਮੰਨ ਲਓ ਫਾਰ ਇਗਜ਼ਾਮਪਲ ਆਪਣਾ ਸੀਬੀਸੀ ਹੋ ਗਿਆ ਹੈ ਨਾ ਜਾਂ ਜਿਹੜੇ ਮੀਡੀਆ ਹਾਊਸਸ ਨੇ ਕੈਨੇਡਾ ਦੇ ਜੇ ਤੁਸੀਂ ਉੱਥੋਂ ਕੋਈ ਚੀਜ਼ ਪੜ੍ਹਦੇ ਹੋ ਉੱਥੇ ਕੋਈ ਸਸਪੀਸ਼ਨ ਪਬਲਿਸ਼ ਹੋਇਆ ਫਿਰ ਤਾਂ ਉਹ ਗੱਲ ਹੈਗੀ ਜੇ ਕਿਸੇ ਨੇ ਫੇਸਬੁਕ ਤੇ ਪਾਤਾ ਮੰਨ ਲਓ ਮੈਂ ਫੇਸਬੁਕ ਤੇ ਪਾਤਾ ਕਿ ਵੈਕਸੀਨ ਨਾਲ ਕੋਈ ਬੰਦਾ ਮਰ ਗਿਆ ਸੀ ਕਿੱਥੇ ਮਰ ਗਿਆ ਸੀ ਕਿੰਨੀ ਉਹਦੀ ਏਜ ਸੀ ਕਾਹ ਤੋਂ ਮਰ ਗਿਆ ਸੀ ਰੀਜ਼ਨ ਕੀ ਸੀ ਯੂ نو ਨਾਥਿੰਗ ਅਬਾਊਟ ਇਟ ਰਾਈਟ ਤੇ ਤੁਸੀਂ ਉਹ ਪੜ ਲਿਆ ਫੇਸਬੁਕ ਤੇ ਤੁਸੀਂ ਚਾਰ ਬੰਦਿਆਂ ਨੂੰ ਹੋਰ ਦੱਸਤਾ ਪਰ ਉਹ ਜਿਹੜਾ ਜਿਹੜਾ ਸੋਰਸ ਆਫ ਇਨਫੋਰਮੇਸ਼ਨ ਹੈ ਉਹ ਆਥੈਂਟਿਕ ਨਹੀਂਗਾ ਤੁਹਾਨੂੰ ਲੱਗਦਾ ਕਿ ਜੇ ਸੋਰਸ ਆਫ ਇਨਫੋਰਮੇਸ਼ਨ ਆਥੈਂਟਿਕ ਹੋਵੇ ਤਾਂ ਇਹ ਡਰ ਘਟ ਸਕਦਾ ਸੋਸਾਇਟੀ 'ਚ ਹਾਂਜੀ ਆਈ ਮੀਨ ਲਾਈਕ ਅਗਰ ਸੀਬੀਸੀ ਜਾਂ ਫਿਰ ਹੋਰ ਕੋਈ ਨਿਊਜ਼ ਚੈਨਲ ਇਸ ਸੋਰਸ ਡਾਲੇ ਤੇ ਲੋਕ ਬਲੀਵ ਵੀ ਕਰ ਸਕਦੇ ਪਰ ਜ਼ਰੂਰੀ ਨਹੀਂ ਹੈ ਕਿ ਜੋ ਵੀ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਤੇ ਹੋ ਉਹ ਟਰੂ ਹੋ ਸਕਦਾ ਲਾਈਕ ਕੋਈ ਵੀ ਕੁਝ ਵੀ ਪਾ ਦਿੰਦਾ ਤੇ ਲੋਕਾਂ ਲੋਕਾਂ ਨੂੰ ਨਹੀਂ ਸਮਝ ਆਏ ਕਿ ਸਾਰਿਆਂ ਨੂੰ ਬਲੀਵ ਨਹੀਂ ਕਰਨਾ